ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਬੈਲਿਓ ਗੱਲ ਇਹ ਵੀ ਕਿ ਪਾਕਿਸਤਾਨ ਦੇ ਵਿੱਚ ਬੜੇ ਬੜੇ ਲੋਕ ਜਿਹੜੇ ਨੇ ਉਹ ਆਏ ਤੇ ਉਹਨਾਂ ਬੜੇ ਬੜੇ ਕਾਰਨਾਮੇ ਜਿਹੜੇ ਨੇ ਉਹ ਅੰਜਾਮ ਦਿੱਤੇ ਤੇ ਖਾਨ ਸਾਹਿਬ ਜਿਹੜੇ ਨੇ ਇਹ ਵੀ ਜਦੋਂ ਦੇ ਆਏ ਨੇ ਇਹਨਾਂ ਵੀ ਬੜੇ ਕਾਰਨਾਮੇ ਅੰਜਾਮ ਦਿੱਤੇ ਨੇ ਤੇ ਅੱਜ ਅਸੀਂ ਤੁਹਾਨੂੰ ਮੁxtਲਫ ਲੋਕਾਂ ਦੇ ਕਾਰਨਾਮੇ ਦੱਸਨੇ ਆ ਗੱਲ ਬੜੀ ਸੁਣਨ ਵਾਲੀ ਏ ਔਰ ਗੱਲ ਜਿਹੜੀ ਏ ਤੋੜ ਤੱਕ ਜਾਏ ਦੀ ਜੋ ਤੁਸੀਂ ਸੋਚ ਰਹੇ ਹੋ ਉੱਥੇ ਇਹ ਗੱਲ ਜਿਹੜੀ ਏ ਇਹ ਜਾਏਗੀ ਬਿਲਕੁਲ ਤੇ ਤੁਸੀਂ ਗੱਲ ਜਿਹੜੀ ਏ ਉਹ ਪੂਰੀ ਸੁਣਨੀ ਏ ਤੇ ਪੱਲੇ ਵੀ ਬੰਨਣੀ ਏ ਕਿ ਖਾਨ ਸਾਹਿਬ ਜਿਹੜਾ ਉਹਨਾਂ ਨੇ ਪਾਕਿਸਤਾਨ ਵਾਸਤੇ ਕੀ ਕੀਤਾ ਹੈ ਪਿਛਲੇ 3 ਸਾਲਾਂ ਚ ਕਿਉਂਕਿ ਤੁਹਾਨੂੰ ਨਹੀਂ ਨਾ ਪਤਾ ਮੀਡੀਆ ਤੇ ਪਾਬੰਦੀ ਹੈ ਤੁਹਾਨੂੰ ਪਤਾ ਤੇ ਫਿਰ ਸਾਡੇ ਵਰਗਿਆਂ ਨੇ ਆ ਕੇ ਹੀ ਹਰਸ਼ਾ ਖੋਲ ਕੇ ਪਾੜ ਕੇ ਤੇ ਤੁਹਾਡੇ ਅੱਗੇ ਰੱਖਣੀ ਹੁੰਦੀ ਹੈ ਮਿੱਠਿਓ ਜਰਾ ਤੁਸੀਂ ਧਿਆਨ ਕਰ ਲਿਆ ਜੇ بڑے بڑے ਲੋਗ ਆ ਬڑے بڑے ਆਵਾਮ ਵਾਸਤੇ ਮਨਸੂਬੇ ਲਾਏ ਜਿਹਦੇ ਆਵਾਮ ਅੱਜ ਤੱਕ ਫਾਇਦਾ ਉਠਾ ਰਹੀ ਔਰ ਦਵਾਵਾਂ ਦੇ ਰਹੀ ਹੈ ਤੁਸੀਂ ਸਾਬ ਲਾਲ ਨਿਵਾਸ਼ ਸ਼ਰੀਫ ਆਇਆ ਉਹਨੇ ਆਵਾਮ ਵਾਸਤੇ ਮੋਟਰਵੇ ਬਣਾਇਆ ਅੱਜ ਲੱਖਾਂ ਕਰੋੜਾਂ ਲੋਗ ਮੋਟਰਵੇ ਤੇ ਸਫ਼ਰ ਕਰਦੇ ਨੇ ਉਹਨੂੰ ਦਵਾਵਾਂ ਦੇਂਦੇ ਉਸ ਤੋਂ ਬਾਅਦ ਉਹਨੇ ਸੀਪੈਕ ਬਣਾਇਆ ਬੜਾ ਵੱਡਾ ਮਨਸੂਬਾ ਉਹਦੇ ਅੱਜ ਫਾਇਦੇ ਤੁਸੀਂ ਵੇਖ ਰਹੇ ਹੋ ਜਿਹੜਾ ਕਿ ਆ ਕੇ ਨਿਆਜ਼ੀ ਨੇ ਚਲੋ ਬੰਦ ਕਰ ਦਿੱਤਾ ਲੇਕਿਨ ਫਿਰ ਵੀ ਸੌਇਤ ਹੈ ਅਗਰ ਤੁਸੀਂ ਆ ਜੋ ਅਠਵੀਂ ਤਮਾਕੇ ਕਿਤੇ ਅਲਹਮਦੁਲਿਲਾ ਬਟਨ ਦਬਾਇਆ ਉਸ ਬੰਦੇ ਨੇ ਔਰ ਕਿਆਮਤ ਦੇ ਦਿਹਾੜੇ ਤੱਕ ਆਵਾਮ ਉਹਨੂੰ ਸਲਾਮ ਪੇਸ਼ ਕਰਦੀ ਰਹੇਗੀ ਕਿਉਂਕਿ ਉਹਨੇ ਉਹ ਤੁਹਾਡੀ ਹਫਾਜ਼ਤ ਦਾ ਜ਼ਮਾਨ ਬਣ ਗਿਆ ਜਿਹਦਾ ਨਾਮ ਨਵਾਜ਼ ਸ਼ਰੀਫ ਅੱਗੇ ਆ ਜੋ ਬੇਨਜ਼ੀਰ ਪੁੱਤੋ ਉਹਨੇ ਪਾਕਿਸਤਾਨ ਨੂੰ ਬੜਾ ਐਡਵਾਂਸ ਜਿਹੜਾ ਉਹ ਮਿਜ਼ਾਇਲ ਸਿਸਟਮ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਮੁਤਾਰਫ ਕਰਾਇਆ ਅਰਜ ਪਾਕਿਸਤਾਨ ਜਿਹੜਾ ਉਹਦਾ ਬੜਾ ਐਡਵਾਂਸ ਜਿਹੜਾ ਮਾਈਲ ਸਿਸਟਮ ਔਰ ਬੇਨਜ਼ੀਰ ਤਨਾ ਰਾਤੀ ਦੁਨੀਆ ਤੱਕ ਜਿਹੜਾ ਇਹ ਚੱਲਦਾ ਰਹੇਗਾ ਅੱਗੇ ਆਜੋ ਡਾਕਟਰ ਕਦੀਰ ਸਾਹਿਬ ਮਰਹੂਮ ਅੱਲਾ ਉਹਨਾਂ ਦੀ ਮਖਰਤ ਕਰੇ ਪਾਕਿਸਤਾਨ ਨੂੰ ਨਾਕਾਬਲੇ ਤਸਵੀਰ ਬਣਾਇਆ ਆਪਣੀ ਜਾਨ ਨੂੰ ਮੁਸ਼ਕਲ ਚ ਡਾਲ ਕੇ ਪਾਕਿਸਤਾਨ ਨੂੰ ਇੱਕ ਐਟਮਿਕ ਕਵਤ ਜਿਹੜਾ ਉਹ ਬਣਾ ਕੇ ਤੇ ਆਵਾਮ ਦੀਆਂ ਜਿਹੜੀਆਂ ਨੇ ਉਹਨੇ ਕਿਹਾ ਸਕੂਨ ਦੀ ਨੀਂਦ ਜਿਹੜੀ ਤੁਸੀਂ ਉਹ ਸੋਵੋ ਤੇ ਰਾਤੀ ਦੁਨੀਆ ਤੱਕ ਡਾਕਟਰ ਕਦੀਰ ਨੂੰ ਪਾਕਿਸਤਾਨ ਦੀ ਆਵਾਮ ਜਿਹੜੀ ਉਹ ਸਲੂਟ ਕਰਦੀ ਰਹੇਗੀ ਔਰ ਉਹਨੂੰ ਯਾਦ ਕਰਦੀ ਰਹੇਗੀ ਅੱਲਾ ਦੇ ਫਜ਼ਲੁਕੁਰਮਨ ਅੱਗੇ ਆਜੋ ਜ਼ੁਲਫਕਾਰ ਅਲੀ ਪੁੱਟੋ ਸ਼ਹੀਦ ਪਾਕਿਸਤਾਨੀਆਂ ਨੂੰ ਵੋਟ ਦਾ ਹੱਕ ਦਿੱਤਾ ਪਾਕਿਸਤਾਨੀਆਂ ਨੂੰ ਪਾਸਪੋਰਟ ਦਿੱਤਾ ਲੈ ਕੇ ਇਹ ਕਾਰਨਾਮੇ ਨੇ ਜ਼ੁਲਫਕਾਰ ਪੁੱਟੋ ਦੇ ਔਰ ਆਠਵੀ ਪ੍ਰੋਗਰਾਮ ਸ਼ੁਰੂ ਕੀਤਾ ਰਹਿਤੀ ਦੁਨੀਆ ਤੱਕ ਜ਼ੁਲਫਕਾਰ ਪੁੱਟੋ ਦਾ ਨਾਮ ਜਿਹੜਾ ਹੈ ਉਹ ਵੱਜਦਾ ਰਹੇਗਾ ਜਿੰਨੀ ਦੇਰ ਤੱਕ ਮੁਲਕ ਜਿਹੜਾ ਇੱਕ ਕਾਇਮ ਦائم ਹੁਣ ਅਸੀਂ ਅੱਗੇ ਆ ਜਾਂਦੇ ਹਾਂ ਸਰਕਾਰ ਅਹਰtema ਸ਼ੇਖ ਰਸ਼ੀਦ ਜਿਹੜਾ ਉਹਨੇ ਧਮਕੀ ਲਈ ਹੈ ਉਹਦੀ ਵੀ ਗੱਲ ਕਰਨੀ ਹੈ ਉਹ ਵੀ ਸੁਣਿਆ ਨੇ ਆਖ ਅੱਗੇ ਤੁਸੀਂ ਆਜੋ ਖਾਨ ਸਾਹਿਬ ਖਾਨ ਸਾਹਿਬ ਨੇ ਇਹਨਾਂ ਦੇ ਬਦਲੇ ਦੇ ਵਿੱਚ ਕੀ ਕੀਤਾ ਖਾਨ ਸਾਹਿਬ ਨੇ ਤੁਹਾਨੂੰ ਕੀ ਦਿੱਤਾ ਕਿੰਨੇ ਸਾਲਾਂ ਚ ਖਾਨ ਸਾਹਿਬ ਨੇ ਤੁਹਾਨੂੰ ਦਿੱਤਾ ਝੂਠ ਤੁਹਾਨੂੰ ਦਿੱਤੀ ਗਾਲਮ ਗਲੋਚ ਤੁਹਾਨੂੰ ਦਿੱਤੇ ਫਰਾਡ ਤੁਹਾਨੂੰ ਦਿੱਤੀ ਅਫਰਾ ਤਫਰੀ ਤੁਹਾਨੂੰ ਖਾਨ ਸਾਹਿਬ ਨੇ ਦਿੱਤੇ ਕੱਟੇ ਤਾਨੂੰ ਖਾਨ ਸਾਹਿਬ ਨੇ ਦਿੱਤੇ ਵੱਛੇ ਖਾਨ ਸਾਹਿਬ ਨੇ ਤਾਨੂੰ ਦਿੱਤੇ ਬੇਰੀ ਦੇ ਦਰਖਤ ਔਰ ਖਾਨ ਸਾਹਿਬ ਨੇ ਤਾਨੂੰ ਦਿੱਤਾ ਡੀ ਚੌਕ ਦਾ ਮੁਜਰਾ ਫਿਰ ਖਾਨ ਸਾਹਿਬ ਨੇ ਤਾਨੂੰ ਦਿੱਤੇ ਬਦਬਖਤੀ ਯੁੱਥੀ ਉਸ ਤੋਂ ਬਾਅਦ ਖਾਨ ਸਾਹਿਬ ਨੇ ਤਾਨੂੰ ਦਿੱਤੀ ਮਹਿੰਗਾਈ ਫਿਰ ਖਾਨ ਸਾਹਿਬ ਨੇ ਤਾਨੂੰ ਦਿੱਤੀ ਬੇਰੋਜ਼ਗਾਰੀ ਫਿਰ ਖਾਨ ਸਾਹਿਬ ਨੇ ਤੁਹਾਡੇ ਤੇ ਸੱਠਿਆ ਪਟ્રોલ ਬੰਮ ਤਾਂ ਕਿ ਤਰਸ ਤੇ ਰ ਉਹ ਮੋਟਰਸਾਈਕਲਾਂ ਤੇ ਬਹਿਣਾ ਤੇ ਗੱਡੀਆਂ ਤੇ ਬਹਿਣਾ ਇਹ ਸਾਰੇ ਕਾਰਨਾਮੇ ਖਾਨ ਸਾਹਿਬ ਨੇ ਦਿੱਤੇ ਨੇ ਕਿ ਆ ਖਾਨ ਸਾਹਿਬ ਨੂੰ ਇਹਨਾਂ ਦੀ ਇਸ ਕਾਰਨਾਮੇ ਦੀ وجہ ਤੋਂ ਰਹਿਤੀ ਦੁਨੀਆ ਤੱਕ ਪਾਕਿਸਤਾਨੀ ਯਾਦ ਕਰਦੇ ਰਹਿਣਗੇ ਨਾ ਹਾਂ ਜ਼ਰੂਰ ਕਰਦੇ ਰਹਿਣਗੇ ਕਿਉਂਕਿ ਰਹਿਤੀ ਦੁਨੀਆ ਤੱਕ ਪਾਕਿਸਤਾਨੀ ਅਗਲੀਆਂ 10 ਸਾਲ ਜਿਹੜੀਆਂ ਨੇ ਉਹ ਖਾਨ ਸਾਹਿਬ ਤੇ ਲਾਂਤਾ ਪੇਜਦੀਆਂ ਰਹਿਣਗੀਆਂ ਔਰ ਲਾਂਤਾ ਵੀ ਐਸੀਆਂ ਹੋਣਗੀਆਂ ਸਪੈਸ਼ਲ ਐਡੀਸ਼ਨ ਦੀਆਂ ਔਰ ਯੂਰਪ 'ਤੇ ਜਿਹੜਾ ਬੈਠਾ ਯੂਥ ਈਆ ਉਹ ਵੀ ਜਿਹੜਾ ਲੰਮਤ ਭੇਜੇਗਾ ਇਹ ਮੇਰਾ ਈਮਾਨ ਹੈ ਇਨਸ਼ਾਅੱਲਾ ਇੱਕ ਦਿਨ ਅੱਗੇ ਤੁਸੀਂ ਆਜੋ ਸ਼ੇਖ ਰਸ਼ੀਦ ਨੇ ਤਮਕੀਲ ਲਈ ਮਰੀਮ ਨਵਾਜ਼ ਸ਼ਰੀਫ ਕਿ ਮਰੀਮ ਨਵਾਜ਼ ਜਿਹੜੀ ਹੋ ਜੀ ਇੰਜ ਗੱਲ ਕਰ ਰਹੀ ਤੇ ਉਹ ਗੱਲ ਕਰ ਰਹੀ ਤੇ ਫੈਸਲਾਬਾਦ ਦੇ ਵਿੱਚ ਤੇ ਇਹ ਤੇ ਉਹ ਪ੍ਰੈਸ ਕਾਨਫਰੰਸ ਜਨਾਬ ਸ਼ੇਖ ਸਾਹਿਬ ਇੰਜ ਢਿੱਡ ਕੱਢੇ ਆ 10 ਮਣ ਦਾ 2000 ਨਾਨ ਜਿਹੜਾ ਖਾਦਾ ਤੇ ਜਨਾਬ ਦੋ ਦੇਗਾਂ گوشਤ ਪਾੜੇ ਆ ਸ਼ੇਖ ਸਾਹਿਬ ਇੰਜ ਨਿਕਲੇ ਅੱਗੇ ਮੀਡੀਆ ਖਲੋਤੀ ਮੀਡੀਆ ਨੇ ਪੁੱਛਿਆ ਸ਼ੇਖ ਸਾਹਿਬ ਸੁਣਾਓ ਸਮਰੀ ਤੇ ਸਾਈਨ ਹੋਇਆ ਕਿ ਨਹੀਂ ਉਨੇ ਕਹਿਆ ਸਮਰੀ ਨੂੰ ਛੱਡੋ ਮਰੀਮ ਨਵਾਸ ਜੜੀਓ ਨੇ ਨਵਾਂ ਕੱਟਾ ਖੋਲੇ ਆ ਬੜੀ ਬੇਇੱਜ਼ਤੀ ਕਰ ਰਹੀ ਏ ਬੜੀਆਂ ਗਾਲਾਂ ਕੱਢ ਰਹੀ ਏ ਬੜੀ ਮੰਜੀ ਠੋਕ ਰਹੀ ਏ ਅੱਛੀ ਗੱਲ ਨਹੀਂ ਆ ਅਦਾਰੇ ਬਦਨਾਮ ਹੋ ਰਹਾ ਨੇ ਫਲਾ ਹੋ ਰਹਾ ਟੀਂਗ ਹੋ ਰੇ ਉਹ ਥੱਲੇੋਂ ਉਹਦਾ ਪਿਸ਼ਾਬ ਨਿਕਲਣ ਲੱਗ ਗਿਆ ਇਹ ਮੀਡੀਆ ਸਾਹਮਣੇ ਖੋਤ ਉਹ ਜਦੋਂ ਮੂਤਰ ਕਰਨ ਲੱਗ ਗਿਆ ਉਹ ਲੋਕਾਂ ਆਖਿਆ ਸ਼ੇਖ ਸਾਹਿਬ ਐ ਪਾਣੀ ਕਿੱਦੋਂ ਵਗਦਾ ਪਿਆ ਹਣ ਉਹ ਕੀ ਕਹਿਣਾ ਸੀ ਉਸ ਸਿੱਧਾ ਟੱਲੀ ਜਾਂਦਾ ਨਹੀਂ ਨਹੀਂ ਕੁਝ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਮੇਰੀ ਸ਼ਲਵਾਰ ਦੀ ਜੇਬ ਦੇ ਵਿੱਚ ਪਾਣੀ ਦੀ ਬੋਤਲ ਓ ਲੀਕ ਹੋ ਗਈ ਉੱਥੇ ਹੁਣ ਬੋ ਜਿਹੜੀ ਉਹ ਆਣ ਲੱਗ ਗਈ ਉਤੋਂ ਸ਼ਹੀਦਾ ਮਰੀਮ ਨਵਾਜ਼ ਦੇ ਖਿਲਾਫ ਜ਼ਹਿਰ ਉਗਲ ਰਿਹਾ ਥੱਲੇ ਮੂਤਰ ਨਿਕਲੀ ਜਾ ਰਿਹਾ ਇੰਨਾ ਖੌਫ ਮਰੀਮ ਦਾ ਉਹ ਉਹਨਾਂ ਫਿਰ ਸਾਫੀਆਂ ਆਖਿਆ ਸਰ ਬੋ ਬੜੀ ਆ ਰਹੀ ਏ ਸ਼ਹੀਦਾ ਫਿਰ ਨਸਿਆ ਹੱਥੋਂ ਨਾਲਾ ਟੰਗ ਕੇ ਨਸਿਆ ਸ਼ਲਵਾਰ ਦੇ ਵਿੱਚੋਂ ਮੂਤਰ ਨਿਕਲੀ ਜਾ ਰਿਹਾ ਜਾਂ ਲੇ ਲਾਲ ਵੇਲੀ ਤੇ ਜਾ ਕੇ ਟਾਇਲਟ ਦੇ ਵਿੱਚ ਉਹ ਸਾ ਲਿਆ ਤੇ ਇਹ ਮੈਂ ਆਖਿਆ ਹਸਾਬ ਕਿਤਾਬ ਸੀ ਸ਼ਹੀਦਾ ਟੱਲੀ ਨੂੰ ਮੈਂ ਦੱਸ ਦਿਆਂ ਕਿ ਮਰੀਮ ਨਵਾਜ਼ ਜਿਹੜੀ ਹੈ ਉਹਨੇ ਆਵਾਮ ਨੂੰ ਬੋਲਣ ਦੀ ਤਾਕਤ عطا ਕੀਤੀ ਹੈ ਔਰ ਤੇਰੇ ਵਰਗੇ ਬੰਦੇ ਇਸ ਤਰ੍ਹਾਂ ਹੀ ਮੂਤਰ ਕਰਦੇ ਰਹਿਣਗੇ ਸ਼ੁਕਰੀਆ